अमृतसर तो बेहद मंदभागी खबर सामने आई है। इत्थे छेरटा थाने दे अधीन आउंदी संधू कलोनी दे विच बेअदबी दी घटना वेखण नूं मिली है। जिक्रयोग है कि इत्थे कूड़े दे ढेर दे विचों वख-वख धर्मां दे गुरुआं देवी देवतावां अते धार्मिक किताबां मिलियां ने, जिस तों बाद नौजवानां दे विच रोस पाया जा रहा है। पुलिस नूं मौके उत्ते सूचित किया गया, जिस तों बाद पुलिस भी मौके उत्ते पहुंची अते उत्थे मौजूद लोकां ने सख्त तों सख्त कार्रवाई की मांग की। जिक्रयोग है कि आए दिन पंजाब दे विच वापर रहियां अजिहियां बेअदबी दियां घटनावां दे नाल धार्मिक भावनावां नूं जिथे ठेस पहुंचती है उत्थे ही पंजाब दी भाईचारक सांझ नूं भी ठेस पहुंचती है। ब्यूरो रिपोर्ट अज दी आवाज़। रात सानू करीब 11:30 दे करीब इतलाह मिली कि संधू कलोनी दा जिहड़ा मेन जी टी रोड आ उत्थे कूड़े दे ढेर विच किसी ने ਵੱਖ ਵੱਖ ਗੁਰੂ ਸਾਹਿਬਾਂ ਦੀਆਂ ਫੋਟੋਆਂ ਅਤੇ ਕੁਝ ਧਾਰਮਿਕ ਲਿਟਰੇਚਰ ਜਿਹੜਾ ਵਾ ਉਹ ਸੁੱਟਿਆ ਹੋਇਆ। ਜੋ ਇਤਲਾਹ ਮਿਲਣ 'ਤੇ ਅਸੀਂ ਤੁਰੰਤ ਮੌਕੇ 'ਤੇ ਪਹੁੰਚ ਕੇ ਉਹਨੂੰ ਕਬਜ਼ੇ ਵਿੱਚ ਲਿਆ ਔਰ ਤੁਰੰਤ ਅਸੀਂ ਜਿਹੜਾ ਅਣਪਛਾਤੇ ਬੰਦਿਆਂ ਦੇ ਖਿਲਾਫ਼ FIR ਦਰਜ ਕੀਤੀ। ਅਸੀਂ ਇਹਦੀ ਤਫਤੀਸ਼ ਕਰ ਰਹੇ ਹਾਂ ਔਰ ਜਿਸਨੇ ਵੀ ਇਹ ਸੁੱਟਿਆ ਆ ਔਰ ਜਿਹਨੇ ਵੀ ਇਹ ਗੈਰ ਜ਼ਿੰਮੇਵਾਰਾਨਾ ਹਰਕਤ ਕੀਤੀ ਆ ਉਸ ਨੂੰ ਟਰੇਸ ਕਰਕੇ ਔਰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਸਰ, ਆਸ ਪਾਸ ਕਾਫੀ CCTV ਲੱਗੇ ਆ, CCTV ਕੈਮਰੇ ਚੈੱਕ ਕੀਤੇ ਗਏ? ਬਿਲਕੁਲ ਜੀ, ਸਾਡੀਆਂ ਟੀਮਾਂ ਲੱਗੀਆਂ ਹੋਈਆਂ ਚੈੱਕ ਕਰ ਰਹੀਆਂ ਅਤੇ ਬਹੁਤ ਜਲਦੀ ਅਸੀਂ ਸਾਰੇ ਨੂੰ ਜਿਹੜਾ ਵੈਰੀਫਾਈ ਕਰਕੇ ਅਤੇ ਅਸਲੀਅਤ ਸਾਹਮਣੇ ਲਿਆਵਾਂਗੇ। ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ, ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ। ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ YouTube ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ। ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰੋ। ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ। ਤੁਸੀਂ ਅੱਜ ਦੀ ਆਵਾਜ਼ ਦਾ ਈ ਪੇਪਰ ਐਡੀਸ਼ਨ ਪੜ੍ਹਨ ਲਈ ਸਾਡੀ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ। ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ, ਅਮਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ, ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ। ਚੁੱਕੇ ਜਾਣਗੇ ਮਸਲੇ, ਹੋਵੇਗੀ ਹੱਕ ਦੀ ਗੱਲ। ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਭਰੋਸੇਮੰਦ ਨਿਊਜ਼ ਚੈਨਲ ਅੱਜ ਦੀ ਆਵਾਜ਼। ਰੋਜ਼ਾਨਾ ਅੱਜ ਦੀ ਆਵਾਜ਼, ਪੰਜਾਬ ਦੀ ਭਰੋਸੇਮੰਦ ਅਖ਼ਬਾਰ।